Hayal diyor, vadi vadi.
Sabit, 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 s
Harun,
तो ये तबला भी जो है ये भी ड्रम विद्या है।
ਇਹ ਗੁਰੂ ਪੀਰ ਦੀ ਸੇਵਾ ਕੀਤੀ ਹੋਵੇ, ਕਿਸੇ ਉਸਤਾਦ ਕੋਲ ਬੈਠਾ ਹੋਵੇ ਅਤੇ ਚੰਗਾ ਰਿਆਜ਼ ਸਾਧਿਆ ਹੋਵੇ ਅਤੇ ਇਹ ਵਿੱਦਿਆ ਮਿਲਦੀ ਹੈ ਮੇਰੇ ਸਰਕਾਰ ਦੇ ਭਾਈ ਸਰਬਾਨੰਦ ਵੀਰ ਜੀ ਗੁਰਪੰਥ ਦੀ ਸ਼ਾਨ ਇਹਨਾਂ ਦੇ ਪਿਤਾ ਜੀ ਬੜੇ ਤਬੜੇ ਦਰਬਾਰਦਾਰ ਵਾਦਿਕਾ ਮੇਰੇ ਮਿੱਤਰ ਸਨ ਅਤੇ ਜਿੱਥੇ ਇਕੱਠੇ ਹੋਣਾ ਅਤੇ ਫਿਰ ਉੱਥੇ ਦਾਦਾ ਤ੍ਰਿਮਣ ਦਾਦਾ ਤੋਂ ਬੋਲ ਸ਼ੁਰੂ ਹੋਣਾ ਸੀ ਬੜੀਆਂ ਬੜੀਆਂ ਭਾਵਨਾ ਬੜੇ ਬੜੇ ਬੋਲ ਕਿਉਂਕਿ ਇਹ ਵੀ ਗੁਫਤਗੂ ਹੈ ਨਾ ਟਾਕਿੰਗ ਹੈ ਤਾਂ ਸੰਗੀਤ ਦੀ ਇੱਕ ਆਪਣੀ ਭਾਸ਼ਾ ਹੁੰਦੀ ਤਾਂ ਦੂਸਰੇ ਨੂੰ ਪਤਾ ਹੋਵੇ ਤਾਂ ਉਹ ਅਤੇ ਉਹਦੇ ਨਾਲ ਸ਼ਮਲਿਤ ਹੋ ਸਕਦਾ ਨਹੀਂ ਅਤੇ ਪਤਾ ਨਹੀਂ ਲੱਗਦਾ ਉੱਤੋਂ ਲੰਘ ਜਾਂਦਾ ਸ਼ਾਸਤਰੀ ਸੰਗੀਤ ਦਾ ਗਿਆਨ ਹੋਣ ਸੁਣਨ ਵਾਸਤੇ ਥੋੜ੍ਹਾ ਸੰਗੀਤ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ ਨਹੀਂ ਤਾਂ ਪਤਾ ਨਹੀਂ ਲੱਗਦਾ ਬਹੁਤ ਸਾਰੀ ਸਤਿਗੁਰ ਦੀ ਬਾਣੀ ਐਸੀ ਹੈ ਜਿਹੜੀ ਆਮ ਪਬਲਿਕ ਨੂੰ ਆਮ ਵਾਸੀ ਨੂੰ ਸਮਝ ਨਹੀਂ ਹੁੰਦੀ ਉਹਦੇ ਵਾਸਤੇ ਪਹਿਲਾਂ ਥੋੜ੍ਹਾ ਜਿਹਾ ਗਿਆਨ ਹਾਸਲ ਕਰਨਾ ਪੈਂਦਾ ਫਿਰ ਇਸ ਗਿਆਨ ਦਾ ਪਤਾ ਲੱਗਦਾ ਨਹੀਂ ਤਾਂ ਉਹ ਗੱਲ ਅਣਛੂਹੀ ਹੀ ਰਹਿ ਜਾਂਦੀ ਤੋ ਇਹ ਭਾਈ ਸਾਹਿਬ ਬੜੇ ਗੁਣੀ ਹਨ ਤੋ ਇਹਨਾਂ ਦੀ ਮਿਹਰਬਾਨੀ ਜੋ ਮੇਰੇ ਨਾਲ ਤਬਲਾ ਵਜਾ ਰਹੇ ਹਨ ਇੱਧਰ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਇਹ ਆਪਣੇ ਜਥੇ ਦੇ ਆਪ ਜਥੇਦਾਰ ਹਨ ਅਤੇ ਇਹਨਾਂ ਦਾ ਆਪਣਾ ਲਾਗੀ ਜਥਾ ਹੈ ਤੋ ਮੇਰੇ ਨਾਲ ਪਿਆਰ ਕਰਦੇ ਨੇ ਬਚਪਨ 'ਚ ਮੈਨੂੰ ਮਿਲੇ ਸਨ ਫਰੀਦਾਬਾਦ ਉਦੋਂ ਦਾ ਪਿਆਰ ਅਤੇ ਤੁਰਿਆ ਆ ਗਿਆ ਤੋ ਤੁਹਾਡੇ ਨਾਲ ਵੀ ਜੋ ਪ੍ਰੇਮ ਬਣਿਆ ਇਹ ਪ੍ਰੇਮ ਦਾ ਹੀ ਸਾਡਾ ਉਸਾਰਾ ਹੈ ਪ੍ਰੇਮ ਫੈਲਦਾ ਹੈ ਪ੍ਰੇਮ ਵੱਧਦਾ ਹੈ ਔਰ ਜਿਤਨਾ ਪ੍ਰੇਮ ਵੱਧਦਾ ਹੈ ਉਤਨਾ ਹੀ ਆਨੰਦ ਜਿਹੜਾ ਉਹ ਬੰਦੇ ਦੇ ਅੰਦਰ ਪੈਦਾ ਹੁੰਦਾ ਹੈ ਉਦਾਸੀ ਨਾਲ ਬੰਦਾ ਸੁੰਗੜਦਾ ਸ਼ਰਿੰਕ ਹੁੰਦਾ ਡਿਪਰੈਸ਼ਨ ਦੇ ਨਾਲ ਆਦਮੀ ਅੰਦਰ ਸੁੰਗੜ ਜਾਂਦਾ ਭਾਵ ਕੇ ਆਪਣੇ ਕਮਰੇ 'ਚ ਵੜ ਜਾਂਦਾ ਕਹਿੰਦਾ ਮੈਨੂੰ ਕੋਈ ਬੁਲਾਵੇ ਨਾ ਮੈਨੂੰ ਗੱਲ ਨਾ ਕਰੇ ਮੈਂ ਕਿਸੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦਾ ਭੈਣ ਜੀ ਡਾਕਟਰ ਨੇ ਸਾਰੀ ਗੱਲ ਸਮਝਦੇ ਨੇ ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ ਉਹ ਆਪਣੇ ਆਪ 'ਚ ਸਿਮਟ ਜਾਂਦਾ ਸ਼ਰਿੰਕ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਲੇਕਿਨ ਜਿਹਦੇ ਅੰਦਰ ਫੁੱਲ ਖਿੜ ਪੈਂਦਾ ਹੈ ਉਹ ਫਿਰ ਖੁਸ਼ਬੂ ਦੂਜੇ ਨੂੰ ਵੰਡਦਾ ਹੈ ਜੇ ਗੁਰੂ ਨਾਨਕ ਦੇ ਅੰਦਰ ਐਸਾ ਫੁੱਲ ਖਿੜਿਆ ਐਸਾ ਖਿੜਿਆ ਐਸਾ ਪ੍ਰੇਮ ਵਧਿਆ ਨੌ ਖੰਡ ਦਾ ਪ੍ਰਿਥਵੀ ਦਾ ਚੱਕਰ ਜਿਹੜਾ ਉਹ ਛੋਟਾ ਪੈ ਗਿਆ ਪ੍ਰਿਥਵੀ ਸੱਚਾ ਢੋਬਾ ਅਗਲੀ ਗੱਲ ਗੁਰੂ ਕੱਲ ਵਿੱਚ ਕਰ ਕੱਲ ਦੇ ਵਿੱਚ ਆਦਮੀਆਂ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੈ ਸਾਧ ਸੰਗਤ ਜੀ ਬਹੁਤ ਸਾਰੇ ਪਾਗਲ ਹੁੰਦਾ ਇੱਕ ਜਗ੍ਹਾ ਦੇ ਉੱਤੇ ਅਤੇ ਇੱਕ ਵਿੱਚ ਸਿਆਣਾ ਹੋਵੇ ਅਤੇ ਉਹਦੀ ਬਾਤ ਹੀ ਬਣ ਜਾਂਦੀ ਕਦੀ ਪੁੱਛ ਕੇ ਵੇਖੋ ਜਿਹੜੇ ਮੈਂਟਲ ਹੋਸਪਿਟਲ 'ਚ ਡਾਕਟਰ ਹੁੰਦੇ ਨੇ ਨਾ ਉਹ ਕਿਸ ਤਰ੍ਹਾਂ ਉਹਨਾਂ ਦੇ ਨਾਲ ਡੀਲ ਕਰਦੇ ਨੇ ਧੰਨ ਨੇ ਉਹ ਜਿਹੜੇ ਉਹਨਾਂ ਦੇ ਨਾਲ ਤਾਂ ਰੋਜ਼ਾਨਾ ਉਹਨਾਂ ਦਾ ਵਾਰਤਾਲਾਪ ਹੁੰਦਾ ਅਤੇ ਬਹੁਤ ਸਾਰੇ ਮੂਰਖ ਇਕੱਠੇ ਹੋਣ ਕਮਰੇ ਇਕੱਠੇ ਹੋਣ ਅਤੇ ਵਿੱਚ ਇੱਕ ਸਿਆਣਾ ਆ ਜਾਵੇ ਅਤੇ ਉਹਦੀ ਸੁਝਾਅ ਬੜਾ ਔਖਾ ਹੁੰਦਾ ਗੁਰੂ ਕਹਿੰਦੇ ਮੇਰੇ ਨਾਮ ਹੈ ਜਗ ਕਮਲਾ ਫਿਰੇ ਤੋ ਜਗ ਕਮਲਾ ਹੈ ਜਗ ਜਿਹੜਾ ਇਹ ਦੀਵਾਨਾ ਹੈ ਸ਼ਿਵਾਈ ਹੈ ਮੂਰਖ ਹੈ ਕਿਉਂ ਨਾਮ ਨਹੀਂ ਬੰਦੇ ਨਾਮ ਨਹੀਂ ਬੰਦੇ ਨਾਮ ਨੂੰ ਐਵੇਂ ਹੀ ਚੀਜ਼ ਸਮਝ ਕੇ ਬਾਦੀਆਂ ਨੇ ਪਿੱਛੇ ਕਰ ਦਿੱਤਾ ਅਤੇ ਗੁਰੂ ਕਹਿੰਦੇ ਨੇ ਅਵਰ ਕਾਜ ਜਿਹੜੇ ਦੂਜੇ ਕੰਮ ਤੇਰੇ ਨੇ ਉਹ ਕਿਸੇ ਕੰਮ ਨਹੀਂ ਬਣਦੀ ਹੈ ਅਵਰ ਕਾਜ ਤੇਰਾ ਕਿਤੇ ਨਾਕਾਮ ਦਿਲ ਸਾਧ ਸੰਗਤ ਭਾਜੇ ਮੇਰੇ ਵੀਰ ਜੀ ਦਾ ਹੁਕਮ ਸੀ ਹਰਦ ਸੁਖ ਪਰਦ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ
Sırrın kırılmaya
ਦੁੱਖ ਮਹਾ ਦੁੱਖ ਇਹ ਮਹਾਨ ਕਹੇ Thank you.
Sangat teri pri papa
Vahiguru